ਸਤਿ ਸ਼੍ਰੀ ਅਕਾਲ ਦੋਸਤੋ ਆਲਸ ਪਲਾਜ਼ਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਤੋਂ ਆਈ ਵੱਡੀ ਖਬਰ ਦੀ ਜੋ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਵੀਡੀਓ ਨੂੰ ਜਲਦੀ ਸ਼ੁਰੂ ਕਰਾਂਗੇ ਉਸ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਤੋਂ ਜਲਦੀ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗੇ ਚੱਲ ਕੇ ਜੋ ਵੀ ਅਪਡੇਟਾਂ ਹੋਣ ਆਪਾਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਾਉਂਦੇ ਰਹੀਏ ਤਾਂ ਜੀ ਹੁਣ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਜਸਟਿਨ ਟਰੂਡੋ ਦਾ ਵਾਲਾ ਬਿਆਨ ਆਇਆ ਵੀ ਕੈਨੇਡਾ ਦੇ ਵੀ ਜਿਹੜਾ ਇਨਫਲੇਸ਼ਨ ਰੇਟ ਹੈ ਜਾਨੀ ਕਿ ਜਿਹੜੀ ਮਹਿੰਗਾਈ ਦੀ ਦਰ ਆ ਉਹ 2.5% ਦੇ ਉੱਤੇ ਪਹੁੰਚ ਚੁੱਕੇ ਜੋ ਕਿ ਬਹੁਤ ਹੀ ਚੰਗੀ ਖਬਰ ਹੈ ਕਿਉਂਕਿ ਅਕਸਰ ਇਹ ਪਿਛਲੇ ਅ ਕਿਹਾ ਜਾਂਦਾ ਵੀ 2021 ਤੋਂ ਬਾਅਦ ਪਹਿਲੀ ਵਾਰ ਹੋਇਆ ਵੀ 2.5 ਦੇ ਉੱਤੇ 2.5% ਦੇ ਉੱਤੇ ਜਿਹੜੀ ਇਨਫਲੇਸ਼ਨ ਦਰ ਪਹੁੰਚੀ ਹੈ ਚੰਗੀ ਖਬਰ ਹੈ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਇਹ ਜਿਹੜੀ ਕਿ ਇਨਫਲੇਸ਼ਨ ਰੇਟ ਹੈ ਉਹ 6% 6% 8% ਤੱਕ ਵੀ ਜਾਂਦਾ ਰਿਹਾ ਹੈ ਹਾਲਾਤ ਬਦਲਦੇ ਹੋਏ ਦਿਖਾਈ ਦੇ ਰਿਹਾ ਟੋਡੋ ਦਾ ਸਾਫ ਸਾਫ ਕਹਿਣਾ ਵੀ ਆਉਂਦੇ ਦਿਨਾਂ ਵਿੱਚ ਚੰਗਾ ਭਵਿੱਖ ਦਿਖਾਈ ਦੇ ਰਿਹਾ ਵੀ ਆਉਂਦੇ ਦਿਨਾਂ ਵਿੱਚ ਜਿਹੜਾ ਕਿ 인ਫਲੇਸ਼ਨ ਦੇ ਵਿੱਚ ਕਮੀ ਆਵੇਗੀ ਮਹਿੰਗਾਈ ਦੇ ਵਿੱਚ ਕਮੀ ਆਵੇਗੀ ਹਾਊਸ ਰੇਟ ਨੇ ਜਿਹੜੇ ਮਤਲਬ ਕਿ ਹਾਊਸਿੰਗ ਦੇ ਵਿੱਚ ਬਹੁਤ ਕਹਿ ਸਕ ਅੱਗ ਲੱਗੀ ਹੋਇਆ ਰੇਟਾਂ ਨੂੰ ਉਹਦੇ ਵਿੱਚ ਕਹਿ ਸਕਦੇ ਆਂਗੇ ਠੱਲ ਪੈ ਸਕਦੀ ਆ ਉਸ ਤੋਂ ਇਲਾਵਾ ਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਹੋਰ ਜੋ ਸਮਾਨ ਉਹਨਾਂ ਵਿੱਚ ਜੋ ਮਹਿੰਗਾਈ ਦੀ ਦਰ ਦੇਖਣ ਨੂੰ ਮਿਲ ਰਹੀ ਆ ਕਿਹਾ ਜਾ ਰਿਹਾ ਵੀ ਆਉਂਦੇ ਸਮੇਂ ਵਿੱਚ ਏ ਮਹਿੰਗਾਈ ਦੀ ਦਰ ਦੇ ਉੱਤੇ ਰੋਕ ਲੱਗ ਸਕਦੀ ਕਿਉਂਕਿ ਇਨਫਲੇਸ਼ਨ ਰੇਟ 2.5 ਦੇ ਉੱਤੇ ਪਹੁੰਚਿਆ ਜੋ ਕਿ 2021 ਤੋਂ ਬਾਅਦ ਪਹਿਲੀ ਵਾਰ ਹੋਇਆ ਇਹ ਡਸਟ ਜਸਟਨ ਟਰੂਡੋ ਦਾ ਕਹਿਣਾ ਤੇ ਆਉਂਦੇ ਦਿਨਾਂ ਵਿੱਚ ਕਹਿ ਸਕਦੇ ਹਾਂ ਕਿ ਵੀ ਮਹਿੰਗਾਈ ਕٹےਗੀ ਤੇ ਕੈਨੇਡਾ ਵਿੱਚ ਮੋੜ ਤੋਂ ਪਹਿਲੇ ਦਿਨ ਪਰਤਨ ਦੀ ਉਮੀਦ ਜਗਾਈ ਜਾ ਰਹੀ ਹੈ ਦਿਨ ਚੰਗੇ ਹੋਣਗੇ ਬਾਕੀ ਹੋਰ ਕੋਈ ਵੱਡੀ ਅਪਡੇਟ ਜਿੱਦਾਂ ਹੀ ਆਉਂਦੀ ਹੈ ਚੈਨਲ ਤੇ ਸ਼ੇਅਰ ਕਰਦੇ ਰਾਂਗੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖਣਾ ਧੰਨਵਾਦ ਜੀ ਸਾਰਿਆਂ ਦਾ